ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਮੀਟਿੰਗ ਗੁਰਦੁਆਰਾ ਰਮਾਨਪੁਰਾ ਵਿੱਚ ਜਿਹੜੀ ਉਹ ਹੋ ਰਹੀ ਹੈ ਇੰਦਰਜੀਤ ਕੱਲੀ ਵਾਲਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਦੇ ਹੇਠ ਜਿਹਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਵਾ ਕਿ 13 ਜੁਲਾਈ ਨੂੰ ਐਸਸੀ ਦਫ਼ਤਰ ਡਿਪਟੀ ਚੀਫ ਹੈ ਪਾਵਰਕੌਮ ਦਾ ਉਹਦੇ ਦਫ਼ਤਰ ਦੇ ਅੱਗੇ ਇੱਕ ਵਿਸ਼ਾਲ ਧਰਨਾ 11 ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਵੱਲੋਂ ਦਿੱਤਾ ਜਾਊਗਾ ਜਿਹਦੇ ਮੁੱਦੇ ਹੋਣਗੇ ਜਿਹਦੇ ਵਿੱਚ ਬਿਜਲੀ ਸਮਝੌਤੇ ਜਿਹੜੇ ਬਾਦਲ ਸਰਕਾਰ ਵੱਲੋਂ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਆ ਉਹ ਅਜੇ ਤੱਕ ਵੀ 4.5 ਸਾਲ ਹੋ ਗਏ ਕੈਪਟਨ ਅਮਰਿੰਦਰ ਨੂੰ ਉਸੇ ਤਰ੍ਹਾਂ ਪੰਜਾਬ ਮਾਰੂ ਸਮਝੌਤੇ ਜਿਹੜੇ ਆ ਉਸੇ ਤਰ੍ਹਾਂ ਲਾਗੂ ਰੱਖੇ ਗਏ ਆ ਉਹਨਾਂ ਦਾ ਕਰਕੇ ਅੱਜ ਬਿਜਲੀ ਜਿਹੜੀ ਇੰਨੀ ਮਹਿੰਗੀ ਹੋ ਗਈ ਆ 10 ਰੁਪਏ ਯੂਨਿਟ ਤੋਂ ਜਿਹੜੀ ਵੱਧ ਮਿਲ ਰਹੀ ਆ ਉਹਦੇ ਕਰਕੇ ਜਿਹੜੇ ਹੈਗੇ ਆ ਬੱਤੀ ਜਿਹੜੀ ਆ ਉਹਤੇ ਕੋਈ ਜੁਰਮਾਨਾ ਸਰਕਾਰ ਨਹੀਂ ਕਰ ਸਕਦੀ ਉਹਨਾਂ ਬਿਜਲੀ ਪ੍ਰਾਈਵੇਟ ਥਰਮਲਾਂ ਨੂੰ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਕਰ ਸਕਦੀ ਉਹਨਾਂ ਨੂੰ ਫਿਕਸਡ ਚਾਰਜ ਜਿਹੜੇ ਆ 19,000 ਕਰੋੜ ਦੇ ਰੁਪਏ ਜਿਹੜੇ ਹੁਣ ਤੱਕ ਦੇ ਚੁੱਕੇ ਆ ਤੇ 25 ਸਾਲਾਂ 'ਚ 65,000 ਕਰੋੜ ਰੁਪਏ ਜਿਹੜਾ ਉਹਨਾਂ ਨੂੰ ਹੋਰ ਦੇਣਾ ਵਾ ਇਸ ਕਰਕੇ ਉਹ ਪੰਜਾਬ ਦੇ ਲੋਕਾਂ ਦੀ ਰੱਤ ਪੀਣ ਵਾਲੇ ਸਮਝੌਤੇ ਆ ਜਿਹੜੇ ਕਾਰਪੋਰੇਟਾਂ ਦੇ ਹੱਕ ਵਿੱਚ ਆ ਬੱਤੀ ਵੀ ਉਹ ਬਹੁਤ ਜ਼ਿਆਦਾ ਮਹਿੰਗੀ ਜਿਹੜੀ ਆ ਉਹ ਪੰਜਾਬ ਜਿਹੜੀ ਦੇ ਰਹੇ ਆ ਜਿਸ ਤਰ੍ਹਾਂ ਬਾਦਲ ਸਰਕਾਰ ਜਿਹੜੀ ਆ ਉਹਨਾਂ ਤੋਂ ਕਮਿਸ਼ਨ ਲੈ ਕੇ ਆਪਣਾ ਕੰਮ ਚਲਾ ਰਹੀ ਸੀ ਕੰਪਨੀਆਂ ਕਮਿਸ਼ਨ ਲੈ ਰਹੀ ਸੀ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਨੇ ਚੋਣ ਵਾਅਦਾ ਕਰਕੇ ਮੈਨੀਫੈਸਟੋ 'ਚ ਕਾਂਗਰਸ ਨੇ ਚੋਣ ਵਾਅਦਾ ਕਰਕੇ ਵੀ ਅਸੀਂ ਆਉਂਦੇ ਸਮਝੌਤੇ ਰੱਦ ਕਰਾਂਗੇ ਸਮਝੌਤੇ ਅੱਜ ਤੱਕ ਰੱਦ ਨਹੀਂ ਕੀਤੇ ਇਸ ਕਰਕੇ ਸਾਰਾ ਜਿਹੜਾ ਇਹ ਲੋਕ ਜਿਹੜੇ ਪੰਜਾਬ ਦੇ ਪੁੱਤਰਾ ਆ ਪਹਿਲੀ ਮੰਗ ਸਾਡੀ ਇਹ ਆ ਸਮਝੌਤੇ ਤੁਰੰਤ ਰੱਦ ਕੀਤੇ ਜਾਣ ਜਿਹੜੀ ਬੱਤੀ ਆ 1 ਰੁਪਿਆ ਯੂਨਿਟ ਦਿੱਤੀ ਜਾਵੇ ਅਤੇ ਸਾਰੇ ਜਿਹੜੇ ਆ ਖਪਤਕਾਰਾਂ ਨੂੰ 1 ਸਾਰ ਬੱਤੀ ਦਿੱਤੀ ਜਾਵੇ ਅਤੇ ਬਿਜਲੀ ਸਪਲਾਈ ਜਿਹੜੀ ਆ ਵਾਧੇ ਅਨੁਸਾਰ ਜਿਹੜੀ 8 ਘੰਟੇ ਖੇਤੀ ਮੋਟਰਾਂ ਨੂੰ ਦਿੱਤੀ ਜਾਵੇ 24 ਘੰਟੇ ਜਿਹੜੀ ਉਹ ਘਰੇਲੂ ਸਪਲਾਈ ਦਿੱਤੀ ਜਾਵੇ ਜਿਹੜੀ ਬਾਕੀ ਦੀ ਸਪਲਾਈ ਹੈ ਸਾਰੇ ਪੰਜਾਬ ਦੇ ਵਿੱਚ ਉਹ ਠੀਕ ਕੀਤੀ ਜਾਵੇ ਜਿਹੜੇ ਹੈਗੇ ਆ ਲੋਡ ਦੇ ਜਿਹੜੇ ਲੋਡ ਦੀ ਫੀਸ ਆ ਉਹ 1200 ਰੁਪਏ ਪ੍ਰਤੀ ਹਾਊਸ ਪਾਵਰ ਜਿਹੜੀ ਆ ਉਹ ਸਾਡੀ ਮੰਗ ਆ ਕੀਤੀ ਜਾਵੇ ਅਤੇ ਉਹ ਹੁਣ 6,000 ਰੁਪਏ ਆ ਇਸ ਕਰਕੇ ਲੋਕ ਲੋਡ ਨਹੀਂ ਵਧਾ ਰਹੇ ਮੋਟਰਾਂ ਜਿਹੜੀਆਂ ਵੱਡੀਆਂ ਹੋ ਰਹੀਆਂ ਅਤੇ ਉਹਦੇ ਨਾਲ ਜਿਹੜੀਆਂ ਮੁਸ਼ਕਲ ਆ ਰਹੀ ਆ ਪਾਣੀ ਥੱਲੇ ਜਾ ਰਿਹਾ ਵਾ ਇਸ ਕਰਕੇ ਲੋਡ ਦੀ ਫੀਸ ਅਸੀਂ ਕਹਿ ਰਹੇ ਹਾਂ ਵੀ ਉਹ 1200 ਰੁਪਏ ਅਸੀਂ ਕਹਿ ਰਹੇ ਹਾਂ ਵੀ ਉਹ 1200 ਰੁਪਏ ਪ੍ਰਤੀ ਹਾਊਸ ਪਾਵਰ ਕੀਤੀ ਜਾਵੇ ਤਾਂ ਜੋ ਲੋਕ ਆਪਣਾ ਲੋਡ ਵਧਾ ਕੇ ਮੋਟਰਾਂ ਜਿਹੜੀਆਂ ਵਾ ਉਹ ਜਿਹੜੀਆਂ ਵਾ ਡੀਲੋਡ ਕਰ ਸਕਣ ਇਹਦੇ ਨਾਲ ਸਾਡੀਆਂ ਹੋਰ ਮੰਗਾਂ ਵਾ ਜਿਹੜੀਆਂ ਲੋਕਲ ਮੰਗਾਂ ਵਾ ਜਿਹੜੇ ਮੁਲਾਜ਼ਮ ਨਹੀਂ ਹੈਗੇ ਸ਼ੋਰਾ ਸਮਾਨ ਨਹੀਂ ਹੈਗਾ ਜਿਹੜਾ ਬਿਲਕੁਲੋਂ ਜਿਹੜਾ ਸੱਤਿਆਨਾਸ਼ ਪੁੱਟਿਆ ਲੈਣਾ ਲੰਬੀਆਂ ਵਾ ਲੈਣਾ ਬਦਲ ਵਾਲੀਆਂ ਨਕਸ ਲੈਣਾ ਵਾ ਬਿਲਕੁਲੋਂ ਬਿਜਲੀ ਦਾ ਜਿਹੜਾ ਵਾ ਪੂਰਾ ਪ੍ਰਬੰਧ ਜਿਹੜਾ ਗੜਬੜਾ ਗਿਆ ਵਾ ਪੂਰੇ ਪੰਜਾਬ ਦੇ ਵਿੱਚ ਗੜਬੜਾਇਆ ਹੋਇਆ ਜਿਹਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪੰਜਾਬ ਦੀ ਸਰਕਾਰ ਆ ਬਿਜਲੀ ਦੀ ਮੈਨੇਜਮੈਂਟ ਆ ਇਸ ਕਰਕੇ 13 ਅਪ੍ਰੈਲ ਨੂੰ ਅਸੀਂ 13 ਜੁਲਾਈ ਨੂੰ 11 ਕਿਸਾਨ ਮਜ਼ਦੂਰ ਜਿਹੜੇ ਆ ਉਹ ਡਿਪਟੀ ਚੀਫ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ ਧਰਨਾ ਜਿਹੜਾ ਵਾ ਮੰਗਾਂ ਮਨਵਾਉਣ ਤੱਕ ਜਦੋਂ ਤੱਕ ਵੀ ਮੰਗਾਂ ਨਹੀਂ ਮੰਨ ਲਈ ਮੈਨੇਜਮੈਂਟ ਉਹ ਤੱਕ ਇਹ ਜਾਰੀ ਰਹੂਗਾ ਦੂਸਰੀ ਸਾਡੀ ਮੰਗ ਆ ਵੀ 12 ਤਰੀਕ ਨੂੰ ਇਹ ਵੇਰੂ ਪ੍ਰਸ਼ਾਦ ਜੋ CMD ਆ ਪਾਵਰਕੌਮ ਦੇ ਉਹਨਾਂ ਨਾਲ ਕਿਸਾਨ ਮਜ਼ਦੂਰ ਜਥੇਬੰਦੀ ਨੂੰ ਉਹਨਾਂ ਨੇ ਮੀਟਿੰਗ ਦਿੱਤੀ ਹੋਈ ਆ ਪਰ ਉਹਦਾ ਟਾਈਮ ਨਹੀਂ ਦਿੱਤਾ ਅਜੇ ਤੱਕ ਉਹਦਾ